ਜਨਾਨੀਆਂ ਦਾ ਮਤਲਬ ਇਹ ਨੀ ਕਿ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਥਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਂਦੇ ਆ ਤਰੀਕਾ ਥੋੜਾ ਵੀ ਕੀ ਹੋਇਆ ਤੁਹਾਨੂੰ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬਿਹੇਵ ਕੀਤਾ ਉਹਨੇ ਕੀ ਮਿਸਬਿਹੇਵ ਕੀਤਾ ਗੱਲਾਂ ਨੀ ਘੁਮਾਈ ਜਾਂਦਾ ਮੈਂ ਇੱਕ ਫੋਨ ਕਰਕੇ ਵੇਖਣ ਡਿਆ ਤੁਹਾਨੂੰ ਥੋੜੀ ਆਪਣੀ ਗਲਤ ਲੈ ਕੇ ਸਿਰ ਤੇ ਫੋਨ ਲਾਉਂਦਾ ਸਾਡੇ ਨੰਬਰ ਲੈ ਲੋ ਸਾਰਿਆਂ ਦੇ ਤੁਹਾਨੂੰ ਕੰਮ ਨਾ ਕੋਈ ਸਮੇਂ ਤੱਕ ਡਿਸਟਰਬ ਨਾ ਕਰਦੇ ਉਹਨੇ ਕੀ ਕਰਨਾ ਸਿਆਣੇ ਬਣੇ ਬੰਦੇ ਨੂੰ ਕਹਿੰਦਾ ਮੈਂ ਕਰਦਾ ਪਿਆ ਕਹਿੰਦਾ ਉਹ ਕਰੋ ਜਿਹਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਥੋਂ ਭੈਣ ਜੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਦੇ ਬਲੇਮ ਲਾਉਂਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬਿਹੇਵ ਕੀਤਾ ਉਹਨੇ ਕੀ ਮਿਸਬਿਹੇਵ ਕੀਤਾ ਇਹਨੂੰ ਕਹਿੰਦੇ ਮਿਸਬਿਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਿਖਾ ਤੂੰ ਕਰ ਰਿਹਾ ਉਹ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚ ਕੇ ਆ ਤੇ ਤੈਨੂੰ ਫਿਰ ਪਤਾ ਕਿਹੜਾ ਸੁਣਿਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਕਰਨੇ ਜਵਾਨੀ ਕਰਕੇ ਜੇ ਮੈਂ ਲੇਟ ਹੋ ਗਿਆ ਉਹ ਤੂੰ ਟਾਈਮ ਚੁੱਪ ਕਰ ਇਹੋ ਜਿਹੀ ਨੂੰ ਫਿਰ ਆਵਾਜ਼ ਸੁਣਾਉਣੀ ਪੈਂਦੀ ਆ ਯਾਰ ਅਸੀਂ ਘਰੋਂ ਸੱਤ ਸੱਤ ਵਜੇ ਨਿਕਲੇ ਇਹੋ ਜਿਹੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਰਹੇ ਮੈਂ ਉਹਨੂੰ ਗੱਲ ਸੁਣਿਆ ਫਿਰ ਸੋਰੀ ਵੀ ਨਹੀਂ ਮੰਗਣੀ ਉਧਰੋਂ ਥੱਲੇ ਉਤਰੋ ਫਿਰ ਥੱਲੇ ਉਤਰੋ ਫਿਰ ਸਾਰੀ ਬੱਸ ਬੈਠੀ ਬੋਲਣ ਦੀ ਤੂੰ ਆਂਦੀ ਪਹਿਲਾਂ ਗੱਲ ਪੈ ਗਈ ਮੈਂ ਦੱਸ ਤੂੰ ਕਰਾਈ ਲਾ ਫਿਰ ਬਸ ਕਰੋ ਬਸ ਕਰੋ ਮਰਨ ਨੂੰ ਆਪ ਹੀ ਬਲਾ ਫੋਨ ਬਲਾ ਨੂੰ ਕਿਹਨੂੰ ਬਣਾਉਣਾ ਬਲਾ ਮੈਂ ਨਹੀਂ ਦੇਖਾਂ ਤੇਰੇ ਪਿੱਛੇ ਕੌਣ ਹੁੰਦਾ ਯਾਰ ਭਾਜੀ ਭਾਜੀ ਕੀ ਕਰੇ ਭੈਣ ਤੈਨੂੰ ਨੀ ਪਤਾ ਇਹ ਗੱਲ ਕਰ ਤੂੰ ਆਪਣਾ ਕਰ ਤੂੰ ਕਰਦਾ ਸੌ ਨੰਬਰ ਹੀ ਚੱਲਦਾ ਹੋਰ ਕਿਹੜਾ ਚੱਲੂ ਤੂੰ ਬੈਗ ਫਿਰ ਕਰਨੀ ਹੈ ਮੈਂ ਰਿਕਸ਼ੇਵਾਲੀ ਨੂੰ ਮੋੜੀ ਇੱਥੇ ਬੈਠੇ ਪਹਿਲਾਂ ਚੱਲਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਫਿਰ ਅਸੀਂ ਡਿਪਾਰਟਮੈਂਟ ਦੱਸ ਰਹੇ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲਾਂ ਇਹਨਾਂ ਨੇ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਭਾਈ ਇਹ ਸਮਨਾਰਾ ਚੌਂਕ ਆ ਇੱਕ ਲੇਡੀ ਆ ਬਦਤਮੀਜੀ ਕਰਕੇ ਬੈਠੀ ਆ ਜੀ
ਆਪਣੇ ਬੰਦੇ ਭੇਜੋ ਯਾਰ ਇੱਧਰ ਸਰਕਾਰੀ ਬੱਸ ਜਾਂ ਚੰਡੀਗੜ੍ਹ ਡਿਪੂ ਦੀ ਫਰੀਦਕੋਟ ਡਿਪੂ ਹੈਲੋ ਉਧਰ ਵੀ ਆ ਰਿਹਾ ਟੰਡੀ ਆਪਣਾ ਨਾਮ ਕੀ ਆ ਨੀਤੂ ਨੀਤੂ ਗੌਰਵ ਨਾਮ ਚਲਦੀ ਬਸ ਚ ਲੇਡੀ ਖੜੀ ਆ ਗੱਲ ਪੈ ਗਈ ਆ ਬਾਈ ਜੀ ਖੜੇ ਖੜੇ ਸਾਰੇ ਉਤਰ ਜਾਓ ਮੈਂ ਲੈ ਕੇ ਨੀ ਜਾਣੇ ਹੈਗੇ ਮੇਰੀ ਰਿਕੁਐਸਟ ਆ ਮੈਂ 52 ਸਵਾਰੀਆਂ ਲੈ ਕੇ ਜਾਵਾਂਗਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕੁਐਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕੁਐਸਟ ਆ ਖੜੇ ਖੜੇ ਸਾਰੇ ਉਤਰ ਜਾਓ ਵੀਰ ਬਣ ਕੇ ਮੇਰੀ ਰਿਕੁਐਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਿੰਨਤ ਵਾਲੀ ਗੱਲ ਆ ਰਿਕੁਐਸਟ ਆ ਮੇਰੀ ਤੁਹਾਡੇ ਮੂਹਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗੌਰਮੈਂਟ ਚਲਾਨ ਨਹੀਂ ਪਾਤੀ ਡਰਾਈਵਰ ਭਰਦਾ ਨੰਬਰ ਲਓ ਮੈਂ ਮਿਸ ਕਾਲ ਪਾਤੀ ਆ ਚੜ ਕੰਪਲੇਂਟ ਕਰ ਮੈਂ ਬਹੁਤ ਮਿਸਬਿਹੇਵ ਕੀਤਾ ਸ਼ਾਬਾਸ਼ ਚਲੋ ਚੜ੍ਹਦੀ ਬੱਸ ਤੇ ਚੜ੍ਹਦੀ ਬੱਸ ਤੇ ਲੋਕ ਚੜ੍ਹ ਗਏ ਮੈਂ ਤਾਂ ਮਿਸਬਿਹੇਵ ਕੀਤਾ ਚੜ੍ਹਦੀ ਬੱਸ ਲਈ ਆ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੋਂ ਹਲੇ ਲਈ ਨੀ ਉਤੋਂ ਆ ਕੇ ਸਾਰੇ ਗੱਲ ਪਈ ਇੰਨੀ ਸਾਰਾ ਕੰਮ ਖਰਾਬ ਕਰਨ ਨੀ ਬਹਿ ਗਏ ਔਰਤ ਦੇ ਆ ਗਿਆ ਔਰਤ ਰਹਿ ਜੇ ਬੰਦਾ ਹੁੰਦੀ ਨਾ ਹੁਣ ਤੇਰੇ ਵਰਗੀ ਨਾ ਇੰਜ ਕਰਨਾ ਪੈਂਦਾ ਪਾਗਲ ਲਾ ਲੈ ਇਹਨੂੰ ਹੱਥ ਜੁੜਾ ਥੱਲੇ ਲਾ ਇਹਨੂੰ ਮੇਰੇ ਕਾਗਜ਼ ਨੇ ਮੈਂ ਲੈਣ ਆਉਂਦਿਆਂ ਕਹਾਂ ਇਹੋ ਜਿਹੇ ਖਰਚੇ ਉੱਥੇ ਇਹਦਾ ਫੜਾ ਰੱਖਾ ਹੁੰਦਾ ਕਿੰਨੇ ਨੂੰ ਆ ਕੇ ਮੇਰਾ ਕੰਮ ਕਰ ਦੇਣੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਦੋ ਮੈਂ 48 ਸਵਾਰੀਆਂ ਲੈ ਕੇ ਜਾਣਾ 48 ਸਵਾਰੀਆਂ ਪੂਰੀਆਂ ਕਰ ਦੋ ਮੇਰੀ ਬੱਸ ਚ ਮੈਂ ਚੱਲ ਜਾਣਾ ਮੈਂ ਨੰਬਰ ਲੈ ਤੇਰਾ ਵੀਰ ਜੀ ਨੇ ਸਾਰੀ ਰਿਕਾਰਡਿੰਗ ਕੀਤੀ ਮੇਰੇ ਵੱਲੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੁਹਾਨੂੰ ਵੀਰ ਕਹਿਣ ਦੀ ਆ ਹੁਣ ਇੱਕ ਤਰ੍ਹਾਂ ਹੁਣ 10 ਮਿੰਟ ਪਹਿਲਾਂ ਮਿਸ ਬਿਹੇਵ ਕੀਤਾ ਇਹਦਾ ਤਾਂ ਆਪ ਦੇ ਵੀ ਪਤਾ ਮੈਂਟਲ ਹਸਪੀਟਲ ਕੰਮ ਕਰਦੀ ਆ ਕਿੱਥੇ ਕਰਦੀ ਆ ਮੈਂ ਜਿੱਥੇ ਵੀ ਕਰਦੀ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਮੇਰੀ ਰਿਕੁਐਸਟ ਆ ਬਸ ਤਾਂ ਚੱਲਣੀ ਮੈਂ 48 ਸਵਾਰੀਆਂ ਲੈ ਕੇ ਜਾਣਾ 52 ਸਵਾਰੀਆਂ ਕਰ ਸਕਦਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਾ ਵੀ ਪ੍ਰਧਾਨ ਮੰਤਰੀ ਨੇ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਹੋ ਇਸ ਤੋਂ ਵੱਧ ਮੈਂ ਨੀ ਲੈ ਕੇ ਜਾਣੀ ਸਾਰੇ ਨੇ ਕਰ ਲਏ ਫੋਨ ਹਾਂ ਕੀਤੇ ਆ ਸਾਰੇ ਨੇ ਕੀਤੇ